ਕੁਸੀਂ ਸੁਣ ਰਹੇ ਹੋ ਜੀ ਲਿਓ ਤਲਸਤਾਈ ਦੀ ਕਹਾਣੀ ਕੁੜੀਆਂ ਦੀ ਸਿਆਣਪ ਕਿਤਾਬ ਹੈ ਚੰਬੇ ਦੀਆਂ ਕਲੀਆਂ ਤੇ ਅਨੁਵਾਦ ਕੀਤਾ ਹੈ ਅਭੇ ਸਿੰਘ ਨੇ ਆਵਾਜ਼ ਤੁਸੀਂ ਮਾਨ ਰਹੇ ਹੋ ਸਿਮਰਨ ਅਕਸਤੀ ਸਾਵਣ ਦਾ ਮਹੀਨਾ ਤੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਮੀਂਹ ਪੈ ਕੇ ਹੁਣੇ ਹਟਿਆ ਸੀ ਤੇ ਮੀਹ ਵਾਲੇ ਪਾਣੀ ਨਾਲ ਗਲੀਆਂ ਵਿੱਚ ਚਿੱਕੜ ਬਿਆੰਤ ਇਕੱਠਾ ਹੋ ਗਿਆ ਸੀ ਇੱਕ ਤੰਗ ਕੋਚੇ ਵਿੱਚ ਆਮੋ ਸਾਹਮਣੇ ਦੇ ਮਕਾਨ ਸੀ ਐਨਾ ਵਿੱਚੋਂ ਦੋ ਕੁੜੀਆਂ ਨਿਕਲੀਆਂ ਐਨਾ ਘਰਾਂ ਵਿਚਕਾਰ ਗਲੀ ਵਿੱਚ ਛੋਟਾ ਜਿਹਾ ਟੋਆ ਸੀ ਜਿਹਦੇ ਵਿੱਚ ਚਿੱਕੜ ਵਾਲਾ ਮਹਿਲਾ ਪਾਣੀ ਇਕੱਠਾ ਹੋ ਗਿਆ ਸੀ ਇੱਕ ਕੁੜੀ ਮਾਸਾ 5 ਕੁ ਸਾਲ ਦੀ ਸੀ ਤੇ ਦੂਜੀ ਕੋਈ ਵਰਾ ਕੁ ਵੱਡੀ ਜਾਪਦੀ ਸੀ ਦੋਹਾਂ ਦੀਆਂ ਮਾਵਾਂ ਨੇ ਕੁੜੀਆਂ ਨੂੰ ਨਵੇਂ ਝੱਗੇ ਪਾਏ ਸੀ ਛੋਟੀ ਦੇ ਨੀਲੇ ਰੰਗ ਦਾ ਤੇ ਵੱਡੀ ਦੇ ਪੀਲੇ ਦਰਿਆਈ ਦਾ ਸੀ ਤਦ ਦੋਹਾਂ ਦੇ ਸਿਰਾਂ ਤੇ ਸੁੰਦਰ ਲਾਲ ਰੁਮਾਲ ਸੀ ਆਪਣੇ ਘਰਾਂ ਚ ਨਿਕਲਦੀਆਂ ਹੀ ਕੁੜੀਆਂ ਨੇ ਇੱਕ ਦੂਜੀ ਦੇ ਸੋਹਣੇ ਝੱਗੇ ਵੇਖਣੇ ਸ਼ੁਰੂ ਕੀਤੇ ਤੇ ਖੇਡਣਾ ਸ਼ੁਰੂ ਕਰ ਦਿੱਤਾ ਖੇਡਦਿਆਂ ਖੇਡਦਿਆਂ ਉਹਨਾਂ ਨੂੰ ਪਾਣੀ ਦੇ ਛਿੱਟੇ ਉਡਾਉਣ ਦਾ ਖਿਆਲ ਆਇਆ ਤੇ ਛੋਟੀ ਕੁੜੀ ਸੁਥਣ ਸਣੇ ਪਾਣੀ 'ਚ ਵੜਨ ਲੱਗੀ ਵੱਡੀ ਨੇ ਆਖਿਆ ਨਾ ਨਾ ਮੋ ਸੁਥਣ ਸਣੇ ਨਾ ਪਾਣੀ 'ਚ ਵੜ ਮਾਂ ਵੇਖੂਗੀ ਤਾਂ ਮਾਰੂਗੀ ਮੈਂ ਵੀ ਸੁਥਣ ਲਾਣੀਆਂ ਤੂੰ ਵੀ ਲਾ ਲੈ ਫੇਰ ਪਾਣੀ 'ਚ ਵੜਾਂਗੀਆਂ ਆਪ ਦੋਵੇਂ ਦੋਹਾਂ ਨੇ ਸੁਥਣਾ ਲਾ ਦਿੱਤੀਆਂ ਛੁਗਿਆ ਨੂੰ ਸੰਭਾਲ ਕੇ ਪਾਣੀ ਵਿੱਚ ਇੱਕ ਦੂਜੇ ਵੱਲ ਤੁਰਨ ਲੱਗੀਆਂ ਨਾਮੋ ਨੂੰ ਗਿੱਟਿਆਂ ਤੱਕ ਪਾਣੀ ਆਇਆ ਤੇ ਉਹ ਡਰ ਗਈ ਮਾਇਆ ਪਾਣੀ ਦੂੰਗਾ ਮੈਨੂੰ ਡਰ ਲੱਗਦਾ ਮਾਇਆ ਨੇ ਆਖਿਆ ਡਰਨਾ ਡੂੰਗਾ ਨਹੀਂ ਤੁਰਿਆ ਜਦ ਕੁੜੀਆਂ ਨੇੜੇ ਹੋਈਆਂ ਤਾਂ ਮਾਇਆ ਨੇ ਆਖਿਆ ਨਾਮੋ ਪੈਰ ਹੌਲੀ ਰੱਖ ਛਿੱਟੇ ਨਾ ਪਾ ਇਹ ਗੱਲ ਅਜੇ ਮਾਇਆ ਦੇ ਮੂੰਹ 'ਚ ਸੀ ਕਿ ਨਾਮੋ ਨੇ ਪੈਰ ਚੁੱਕ ਕੇ ਜ਼ੋਰ ਨਾਲ ਰੱਖਿਆ ਤੇ ਪਾਣੀ ਉੱਛਲ ਕੇ ਮਾਇਆ ਦੇ ਝੱਗੇ ਦੇ ਪੈ ਗਿਆ। ਕੁਝ ਛਿੱਟਾਂ ਉਹਦੇ ਅੱਖਾਂ ਤੇ ਮੂੰਹ ਤੇ ਵੀ ਜਾ ਪਈਆਂ। ਆਪਣਾ ਝੱਗਾ ਖਰਾਬ ਹੋਇਆ ਵੇਖ ਕੇ ਮਾਇਆ ਨਾਮੋ ਨੂੰ ਮਾਰਨ ਲਈ ਉਹਦੇ ਵੱਲ ਤੁਰੀ। ਨਾਮੋ ਡਰ ਗਈ ਤੇ ਪਾਣੀ ਵਿੱਚੋਂ ਛੇਤੀ ਛੇਤੀ ਨਿਕਲਣ ਦੀ ਕਰਨ ਲੱਗੀ। ਐਸ ਵੇਲੇ ਮਾਇਆ ਦੀ ਮਾਂ ਬਾਹਰ ਨਿਕਲੀ ਤੇ ਆਪਣੀ ਧੀ ਦਾ ਝੱਗਾ ਖਰਾਬ ਹੋਇਆ ਵੇਖ ਕੇ ਲਾਲ ਅੰਗਾਰ ਹੋ ਗਈ। ਗੁੱਸੇ ਨਾਲ ਆਖਿਓਸ ਨੀਖਸਮਾ ਖਾਣੀਏ ਝੱਗੇ ਨੂੰ ਕੀ ਕੀਤਾਈ ਮਾਇਆ ਬੋਲੀ ਨਾ ਮਨੇ ਜਾਣ ਬੁਝ ਕੇ ਪਾਣੀ ਪਾਇਆ ਏ ਮਾਇਆ ਦੀ ਮਾਂ ਨੇ ਉਸੇ ਵੇਲੇ ਨਾਮੋ ਦੀ ਗੁੱਤ ਫੜ ਕੇ ਦੋ ਚਾਰ ਠੋਕ ਦਿੱਤੀਆਂ ਨਾਮੋ ਨੀ ਚੀਕਣਾ ਸ਼ੁਰੂ ਕਰ ਦਿੱਤਾ ਤੇ ਉਹਦੀਆਂ ਚੀਕਾਂ ਨਾਲ ਸਾਰਾ ਮਹੱਲਾ ਗੂੰਜ ਪਿਆ ਤੇ ਉਹਦੀ ਮਾਂ ਛੇਤੀ ਨਾਲ ਬਾਹਰ ਆਈ ਨੀ ਮੇਰੀ ਧੀ ਨੇ ਤੇਰਾ ਕੀ ਚੁੱਕ ਲਿਆ ਇਹ ਆਕੇ ਗਵਾਂਢਣ ਨਾਲ ਲੜਾਈ ਨੂੰ ਤਿਆਰ ਹੋ ਪਈ ਦੋਹੇ ਪਾਸੇ ਮੇੜਿਆਂ ਦੀ ਝੜੀ ਲੱਗ ਪਈ ਮਰਦ ਵੀ ਬਾਹਰ ਨਿਕਲ ਆਇ ਗਲੀ ਚ ਹੋਰ 10-15 ਬੰਦੇ ਇਕੱਠੇ ਹੋ ਗਏ ਤੇ ਸਾਰੇ ਉੱਚੀ-ਉੱਚੀ ਰੋਲਾ ਪਾਉਣ ਲੱਗੇ ਕੋਈ ਕਿਸੇ ਦੀ ਸੁਣਦਾ ਹੀ ਨਹੀਂ ਸੀ ਚੰਗੀ ਗੜਬੜ ਚਾਥ ਮੱਛੀ ਇੱਕ ਆਦਮੀ ਦੂਜੇ ਨੂੰ ਧੱਕਾ ਮਾਰੇ ਬਸ ਫੇਰ ਕੀ ਜੀ ਦੋਹਾਂ ਪਾਸਿਓਂ ਜੰਗ ਰੀਆਂ ਹੋਈਆਂ ਤਿਆਰੀਆਂ ਮਾਇਆ ਦੀ ਬੁੱਢੀ ਦਾਦੀ ਨੇ ਵਿਚਕਾਰ ਆ ਕੇ ਉਹਨਾਂ ਨੂੰ ਠੰਡਿਆ ਕਰਨ ਦਾ ਯਤਨ ਕੀਤਾ ਤੇ ਆਖਿਆ ਵੇ ਪੁੱਤਰ ਵੇ ਕੀ ਕਰਨ ਲੱਗੇ ਹੋ ਕੋਈ ਅਕਲ ਦੀ ਗੱਲ ਐ ਅੱਜ ਵਾਲੇ ਸ਼ੁਭ ਦਿਹਾੜੇ ਤੁਸੀਂ ਰੱਬ ਦਾ ਸ਼ੁਕਰ ਕਰੋ ਵੀ ਮੀਂਹ ਵਸਿਆ ਹੈ ਲੋਕਾਂ ਨੇ ਬੁੱਢੀ ਮਾਈ ਦੀ ਕੋਈ ਪਰਵਾਹ ਨਾ ਕੀਤੀ ਉਹਨੂੰ ਵਿਚਾਰੀ ਨੂੰ ਵੀ ੱੱੱਕਾ ਵੱਜਿਆ ਪਰ ਐਸ ਵੇਲੇ ਬੁੱਢੀ ਮਾਈ ਨੇ ਇੱਕ ਅਜੀਬ ਗੱਲ ਵੇਖੀ ਜਦ ਮਰਦਰ ਤੀਵੀਆਂ ਆਪਸੇ ਲੜਾਈ ਚ ਰੁੱਝੀਆਂ ਹੋਈਆਂ ਸੀ ਮਾਇਆ ਆਪਣੇ ਛੱਗੇ ਤੋਂ ਚਿੱਕੜ ਪੂੰਝ ਕੇ ਮੁਰ ਪਾਣੀ ਦੇ ਲਾਗੇ ਗਈ ਇੱਕ ਲੜਕੀ ਨਾਲ ਪਾਣੀ ਦੇ ਚੁਫੇਰੇ ਵਾਲੇ ਚਿੱਕੜ ਨੂੰ ਇੱਕ ਪਾਸੇ ਹਟਾ ਕੇ ਨਾਲੀ ਬਣਾਉਣ ਲੱਗੀ। ਤਾਂ ਜੋ ਪਾਣੀ ਗਲੀ ਵਿੱਚ ਵਹਿ ਤੁਰੇ। ਛੇਤੀ ਨਾਲ ਨਾ ਮੋਵੀ ਨਾਲ ਆ ਰਲੀ। ਤੇ ਇੱਕ ਤਿਰਖੀ ਲੱਕੜੀ ਚੁੱਕ ਕੇ ਵੈਣੀ ਬਣਾਉਣ ਲੱਗੀ। ਜਦ ਪਾਣੀ ਇਸ ਵੈਣੀ ਵਿੱਚ ਆਇਆ ਤਾਂ ਉੱਥੇ ਪਹੁੰਚਿਆ ਜਿੱਥੇ ਬੁੱਢੀ ਮਾਈ ਖੜੋਤੀ ਸੀ। ਵੈਣੀ ਦੇ ਦੋਵੇਂ ਪਾਸੇ ਕੁੜੀਆਂ ਤਾੜੀਆਂ ਮਾਰਦੀਆਂ ਪਾਣੀ ਦੇ ਨਾਲ-ਨਾਲ ਟੁਰ ਪਈਆਂ। ਫੜੀ-ਵੜੀ ਨਾਮੋ ਪੜੀ। ਪਾਣੀ 'ਚ ਤਰਦੀ ਹੋਈ ਲੱਕੜ ਫੜ 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 ਇਹਨੂੰ ਤੇ ਐਦਾਂ ਦੀਆਂ ਗੱਲਾਂ ਕਰਕੇ ਹੱਸਣ ਤੇ ਗੁਟਕਣ ਪਾਣੀ ਦੀ ਟੋਰ ਵਿੱਚ ਮਸਤ ਹੋਈਆਂ ਉੱਥੇ ਪਹੁੰਚੀਆਂ ਜਿੱਥੇ ਆਦਮੀ ਲੜਨ ਵਾਸਤੇ ਮੂੰਹ ਵੱਟੀ ਖੜੋਤੇ ਸੀ ਕੁੜੀਆਂ ਨੂੰ ਇਸ ਆਨੰਦ 'ਚ ਦੇਖ ਕੇ ਬੁੱਢੀ ਮਾਈ ਨੇ ਆਖਿਆ ਸ਼ਰਮ ਕਰੋ ਜਿੰਨਾ ਖਾਤਰ ਤੁਸੀਂ ਲੜਦੇ ਹੋ ਤੇ ਬੱਚੀਆਂ ਆਪਸ 'ਚ ਖੇਡਦੀਆਂ ਪਈਆਂ ਨੇ ਚਾਹੋ ਚਾਈ ਹੇ ਮੇਰੀਆਂ ਜੁਗਨੀਆਂ ਨੂੰ ਵੇਖੋ ਤੇ ਸਹੀ ਤੁਹਾਡੇ ਨਾਲ ਉਹ ਤੇ ਕੇਡੀਆਂ ਸਿਆਣੀਆਂ ਨੇ ਮਰਦਾਂ ਤੇ ਤੀਵੀਆਂ ਨੇ ਕੁੜੀਆਂ ਵੱਲ ਵੇਖਿਆ ਤੇ ਕੱਚੇ ਜੇ ਹੋ ਗਏ ਤੇ ਆਪਣੀ ਮੂਰਖਤਾ ਪਰ ਹੱਸਦੇ ਹੋਏ ਆਪੋ ਆਪਣੇ ਘਰ ਜਾ ਵੜੇ ਮਸੀਹ ਦਾ ਕਥਨ ਹੈ ਜੇ ਰੱਬ ਦੇ ਦਰਬਾਰ ਵਿੱਚ ਆਉਣਾ ਜੀ ਜੇ ਰੱਬ ਦੇ ਦਰਬਾਰ ਵਿੱਚ ਆਉਣਾ ਜੀ ਤਾਂ ਅਣਜਾਣੇ ਬੱਚੇ ਬਣ ਕੇ ਆਓ ਤਾਂ ਅਣਜਾਣੇ ਬੱਚੇ ਬਣ ਕੇ ਆਓ